ਮੇਰੇ ਘਰ 'ਚ ਬਿਜਲੀ ਪਈ ਹੈ, ਮਤਲਬ ਮੇਰੀ ਕੁੜੀ ਦਾ ਦਾਜ ਦਾ ਸਮਾਨ ਸਾਰਾ ਸੜ ਗਿਆ ਹੈ, ਮੇਰੇ ਘਰ ਦਾ ਸਮਾਨ ਸੜ ਗਿਆ ਹੈ। ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ 'ਚ ਮੈਰਿਜ ਹੈ, ਇਹਨਾਂ ਨੇ ਸਰ 1 ਲੱਖ ਰੁਪਏ ਦਾ ਲੋਨ ਲਿਆ ਹੋਇਆ। ਗੁਰਦਾਸਪੁਰ ਦੇ ਵਿੱਚ ਬੀਤੀ ਦੇਰ ਰਾਤ ਬਾਰਿਸ਼ ਹੋਈ ਹੈ ਤੇ ਇਸ ਬਾਰਿਸ਼ ਦੇ ਵਿੱਚ ਅਸਮਾਨੀ ਬਿਜਲੀ ਦਾ ਕਹਿਰ ਵੀ ਦੇਖਣ ਨੂੰ ਮਿਲਿਆ ਹੈ। ਗੁਰਦਾਸਪੁਰ ਦੇ ਪਿੰਡ ਕਲੀਚਪੁਰ ਦੇ ਵਿੱਚ ਰਾਤ ਅਸਮਾਨੀ ਬਿਜਲੀ ਦਾ ਕਹਿਰ ਟੁੱਟਿਆ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਉਸੇ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਅਸਮਾਨੀ ਬਿਜਲੀ ਦਾ ਕਹਿਰ ਟੁੱਟਿਆ ਹੈ। ਇਸ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਘਰ ਦੇ ਵਿੱਚ ਵੱਡੀ ਬੇਟੀ ਦਾ ਵਿਆਹ ਸੀਗਾ ਤੇ ਵਿਆਹ ਦੇ ਵਾਸਤੇ ਦਹੇਜ ਦਾ ਸਮਾਨ ਜਿਹੜਾ ਇਸੇ ਘਰ ਦੇ ਵਿੱਚ ਰੱਖਿਆ ਸੀਗਾ, ਪਰ ਅਸਮਾਨੀ ਬਿਜਲੀ ਪੈਣ ਦੇ ਕਾਰਨ ਘਰ ਦੇ ਵਿੱਚ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਤਕਰੀਬਨ 3.5 ਲੱਖ ਦਾ ਜਿਹੜਾ ਸਮਾਨ ਹੈ ਉਹ ਸੜ ਕੇ ਸਵਾਹ ਹੋ ਗਿਆ ਹੈ। ਘਰ ਦੇ ਵਿੱਚ ਉਸ ਵਕਤ 2 ਬੇਟੀਆਂ ਅਤੇ ਉਹਨਾਂ ਦੀ ਮਾਤਾ ਮੌਜੂਦ ਸਨ। ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ ਘਰ ਦੇ ਵਿੱਚੋਂ ਦੌੜ ਕੇ ਆਪਣੀ ਜਾਨ ਬਚਾਈ ਹੈ ਅਤੇ ਬਾਕੀ ਜੋ ਘਰ ਦੇ ਵਿੱਚ ਸਮਾਨ ਸੀ ਸਾਰਾ ਹੀ ਸੜ ਕੇ ਸਵਾਹ ਹੋ ਗਿਆ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਜੋ ਬੈੱਡ ਸੀਗਾ ਉਹ ਵੀ ਸੜ ਚੁੱਕਿਆ ਹੈ, ਘਰ ਦੇ ਵਿੱਚ ਫਰਿੱਜ ਸੀਗੀ, ਗਾਰਡ ਅਲਮਾਰੀ ਸੀਗੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੜ ਕੇ ਸਵਾਹ ਹੋ ਗਈਆਂ ਨੇ। ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਇਹ ਸਰ ਸਾਰੀ ਘਟਨਾ ਹੋਈ ਸੀਗੀ ਜੀ। ਸਰ ਇਹ ਰਾਤੀ 8:30 ਦਾ ਟਾਈਮ ਸੀਗਾ, ਬਿਜਲੀ ਪਈ ਆ, ਬਹੁਤ ਜ਼ਿਆਦਾ ਧਮਾਕਾ ਹੋਇਆ। ਧਮਾਕਾ ਹੋਣ ਦੇ ਨਾਲ ਹੀ ਜਲਦੀ ਹੀ ਸਰ ਅੱਗ ਇਹਨਾਂ ਦੇ ਘਰ ਨੂੰ ਲੱਗ ਗਈ ਅਤੇ ਅੱਗ ਦੇ ਜਿਹੜੇ ਬਹੁਤ ਬਹੁਤ ਵੱਡੇ ਜਿਹੜੇ ਲੋਹਰੇ ਸੀ ਉਹ ਬਾਹਰ ਨਿਕਲਣੇ ਸ਼ੁਰੂ ਹੋ ਗਏ। ਜਦੋਂ ਦੇਖਿਆ, ਭੱਜ ਕੇ ਦੇਖਿਆ ਅਤੇ ਫਿਰ ਸਰ ਜਿਹੜਾ ਘਰ ਸੀ ਬਹੁਤ ਜ਼ਿਆਦਾ ਅੱਗ ਦਾ ਖਰਾਬ ਰੂਪ ਧਾਰਨ ਕਰ ਚੁੱਕਾ ਸੀ ਅਤੇ ਰੋਣ ਰੋ ਜਿਹੜਾ ਪਿਆ ਹੋਇਆ ਸੀ। ਸਰ ਘਰ ਇਹਨਾਂ ਦੇ ਜੇ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ 'ਚ ਮੈਰਿਜ ਹੈ, ਇਹਨਾਂ ਨੇ ਸਰ 1 ਲੱਖ ਰੁਪਏ ਦਾ ਲੋਨ ਲਿਆ ਹੋਇਆ ਅਤੇ ਉਹਦੇ ਵਾਸਤੇ ਜਿੰਨਾ ਵੀ ਸਮਾਨ ਸਰ ਇਹਨਾਂ ਨੇ ਕੁਝ ਜੋ ਜੋੜਿਆ ਸੀਗਾ ਉਹ ਲੈ ਕੇ ਰੱਖਿਆ ਹੋਇਆ ਸੀ ਅਤੇ ਸਰ ਉਹ ਅੱਗ ਦੇ ਵਿੱਚ ਸਾਰਾ ਹੀ ਸੜ ਕੇ ਸਵਾਹ ਹੋ ਗਿਆ। ਘਰ ਦੇ ਵਿੱਚ ਕੌਣ ਕੌਣ ਹੈ ਇਹਨਾਂ ਦੇ? ਘਰ ਵਿੱਚ ਸਰ ਇਹ ਆਪ ਹੈ ਅਤੇ ਇਹਨਾਂ ਦੀਆਂ 2 ਬੇਟੀਆਂ। ਇਹਨਾਂ ਦੇ ਘਰ ਵਾਲੇ ਸ਼੍ਰੀਨਗਰ ਮਜ਼ਦੂਰੀ ਕਰਦਾ ਅਤੇ ਬੇਟਾ ਇਹਨਾਂ ਦਾ ਅਜੇ ਸੀਟ ਕਵਰ ਦਾ ਕੰਮ ਸਿੱਖਦਾ ਹੈ ਜੀ। ਕਿੰਨਾ ਕੁ ਸਮਾਨ ਸੀਗਾ ਘਰ ਦੇ ਵਿੱਚ ਜਾਂ ਜਿਹੜਾ ਸੜ ਕੇ ਸਵਾਹ ਹੋ ਗਿਆ, ਜਾਂ ਕਿੰਨਾ ਕੁ ਨੁਕਸਾਨ ਹੋਇਆ? ਸਰ ਇਹਨਾਂ ਦੇ ਘਰ ਵਿੱਚ ਟੀਵੀ, ਫਰਿੱਜ, ਸਰ ਗਾਰਡਨ ਅਲਮਾਰੀ ਅਤੇ ਬਾਕੀ ਇਹਨਾਂ ਦਾ ਜੋ ਵੀ ਕੱਪੜਾ ਲੀੜਾ ਸੀ ਸਾਰਾ ਸੜ ਕੇ ਸਵਾਹ ਹੋ ਗਿਆ ਅਤੇ ਇਹ ਲਗਭਗ 1.5-3 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਜੀ ਇਹਨਾਂ ਦਾ। ਸਮਾਜਿਕ ਸੰਸਥਾਵਾਂ ਜਾਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੋਗੇ? ਸਰ ਮੈਂ ਤਾਂ ਸਮਾਜਿਕ ਸੰਸਥਾਵਾਂ ਅਤੇ ਪ੍ਰਸ਼ਾਸਨ ਨੂੰ ਇਹੋ ਹੀ ਅਪੀਲ ਕਰਦਾ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਜੋ ਘਰ ਵੀ ਟੁੱਟ ਕੇ ਪੂਰੀ ਤਰ੍ਹਾਂ ਖਰਾਬ ਹੋ ਗਿਆ ਅਤੇ ਉਹ ਵੀ ਮੇਨਟੇਨ ਕੀਤਾ ਜਾਵੇ ਅਤੇ ਇਹਨਾਂ ਦੀ ਜੋ ਮੈਰਿਜ ਆ ਉਹ ਵੀ ਸਹੀ ਢੰਗ ਨਾਲ ਕੀਤੀ ਜਾਵੇ ਜੀ। ਪਰਿਵਾਰਿਕ ਮੈਂਬਰ ਵੀ ਮੌਜੂਦ ਨੇ, ਉਹਨਾਂ ਦੀ ਬੇਟੀਆਂ ਦੀ ਮਾਤਾ ਇੱਥੇ ਆ, ਉਹਨਾਂ ਨਾਲ ਇਹ ਕੀ ਸਾਰੀ ਰਾਤ ਘਟਨਾ ਹੋਈ ਸੀ, ਕਿੰਨੇ ਵਜੇ ਹੋਈ ਸੀ? 8:30 ਦੇ ਕਰੀਬ ਇਹ ਘਟਨਾ ਬੀਤੀ ਹੈ। ਬਿਜਲੀ ਪੈਣ ਦੇ ਕਾਰਨ ਮੇਰੇ ਘਰ 'ਚ ਬਿਜਲੀ ਪਈ ਹੈ, ਮਤਲਬ ਮੇਰੀ ਕੁੜੀ ਦਾ ਦਾਜ ਦਾ ਸਮਾਨ ਸਾਰਾ ਸੜ ਗਿਆ ਹੈ, ਮੇਰੇ ਘਰ ਦਾ ਸਮਾਨ ਸੜ ਗਿਆ ਹੈ, ਮੇਰਾ ਕੁਛ ਨਹੀਂ ਬਚਿਆ, ਸਿਰਫ ਤਨ ਦੇ ਕੱਪੜੇ ਬਚੇ ਨੇ। ਮੇਰੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਮੇਰੀ ਅਪੀਲ ਸੁਣੀ ਜਾਏ, ਵੱਧ ਤੋਂ ਵੱਧ ਮੇਰੀ ਮਦਦ ਕੀਤੀ ਜਾਵੇ। ਮੇਰੀ ਬੇਟੀ ਦੀ ਨਵੰਬਰ ਮਹੀਨੇ ਸ਼ਾਦੀ ਹੈ, ਲਗਭਗ 1 ਲੱਖ ਰੁਪਏ ਦਾ ਲੋਨ ਚੁੱਕ ਕੇ ਮੈਂ ਆਪਣੀ ਕੁੜੀ ਦਾ ਦਾਜ ਦਹੇਜ ਇਕੱਠਾ ਕਰਦੀ ਪਈ ਸੀ। ਅਸੀਂ ਬਹੁਤ ਗਰੀਬ ਇਨਸਾਨ, ਅਸੀਂ ਕਿੱਥੋਂ ਕਰਨਾ? ਇਹ ਸਰਕਾਰ ਅੱਗੇ ਮੇਰੀ ਮੰਗ ਹੈ ਕਿ ਮੇਰੀ ਅਪੀਲ ਕਬੂਲ ਕੀਤੀ ਜਾਵੇ, ਜਲਦ ਤੋਂ ਜਲਦ ਮੇਰੀ ਮੰਗ ਪੂਰੀ ਕੀਤੀ ਜਾਵੇ ਕਿਉਂਕਿ ਮੇਰੀ ਬੇਟੀ ਦੀ ਸ਼ਾਦੀ ਅਗਲੇ ਮਹੀਨੇ, ਇਸ ਤੋਂ ਬਾਅਦ ਨਹੀਂ ਬੋਲਿਆ ਜਾ ਸਕਦਾ। ਘਰ ਦੇ ਵਿੱਚ ਪੈਸੇ ਅਤੇ ਗਹਿਣੇ ਗੱਟੇ ਵੀ ਰੱਖੇ ਸਨ? ਹਾਂਜੀ, ਮੇਰੀ ਕੁੜੀਆਂ ਦੇ ਗਹਿਣੇ ਹੀ, 2 ਮੁੰਦਰੀਆਂ ਹੀ, 1 ਟਾਪਸਾਂ ਦੀ ਜੋੜੀ, ਬਾਕੀ ਆਪਣਾ ਖਰਚਾ ਪਰਚਾ ਹੀ ਬਸ। ਹੋਰ ਕੀ ਸਮਾਨ ਸੀਗਾ ਘਰ ਦੇ ਵਿੱਚ ਜੋ ਸੜ ਗਿਆ? ਫਰਿੱਜ ਵੀ, ਟੀਵੀ ਹੀ, ਕਾਟ ਅਲਮਾਰੀ ਮੇਰੀ, ਉਹੀ ਦਾਜ ਦਾ ਸਮਾਨ ਸਾਰਾ ਹੀ ਸੜ ਗਿਆ ਮੇਰਾ। ਬਾਕੀ ਟੀਵੀ ਚੈਨਲ ਖੁਦ ਦੇਖ ਸਕਦਾ, ਦੇਖੋ ਮੈਂ ਕੁਛ ਨਹੀਂ ਬੋਲ ਸਕਦੀ, ਮੈਨੂੰ ਬਹੁਤ। ਜਦੋਂ ਤੁਸੀਂ ਇਹ ਅਸਮਾਨੀ ਬਿਜਲੀ ਘਰ ਦੇ ਵਿੱਚ ਪਈ ਹੈ ਤੇ ਉਦੋਂ ਤੁਸੀਂ ਘਰ ਦੇ ਅੰਦਰ ਮੌਜੂਦ ਸੀਗੇ? ਅਸੀਂ ਘਰ ਦੇ ਅੰਦਰ ਹੀ, ਅਸੀਂ ਭੱਜ ਕੇ ਬਾਹਰ, ਦੋਨੋਂ ਮਾਵਾਂ ਧੀਆਂ ਡਰ ਕੇ ਅਸੀਂ ਆਪਣੀ ਦਰਾਣੀ ਦੇ ਘਰ ਚੱਲ ਗਏ। ਜਦੋਂ ਅਸੀਂ ਦੁਬਾਰਾ ਪਲਟ ਕੇ ਦੇਖਿਆ
ਕੁਛ ਨਹੀਂ ਮਿਲਿਆ। ਜਦੋਂ ਮੇਰੇ ਭੈਣ ਭਰਾ ਇਕੱਠੇ ਹੋਏ ਮੈਂ ਬਹੁਤ ਰੋਈ, ਬਹੁਤ ਕਰਲਾਈ। ਜਦੋਂ ਮੇਰੇ ਭੈਣ ਭਰਾ ਮੇਰਾ ਪਿੰਡ ਇਕੱਠਾ ਹੋਇਆ ਉਦੋਂ ਨੂੰ ਮੇਰੇ ਘਰ ਦਾ ਨਾਸ ਹੋ ਚੁੱਕੇ ਦਾ ਸੀ। ਘਰ ਦੇ ਵਿੱਚ ਜੋ ਖਾਣ ਪੀਣ ਦਾ ਸਮਾਨ ਸੀ ਜਾਂ ਰਾਸ਼ਨ ਜਿਹੜਾ ਇਕੱਠਾ ਕੀਤਾ ਸੀ ਉਹ ਵੀ ਸਾਰਾ ਇਸੇ ਕਮਰੇ ਦੇ ਵਿੱਚ ਸੀ? ਹਾਂਜੀ ਹਾਂਜੀ ਹਾਂਜੀ, ਸਾਰਾ ਤੁਹਾਡੇ ਪੈਰਾਂ 'ਚ ਪੈਦਾ ਦੇਖ ਸਕਦੇ ਹੋ ਤੁਸੀਂ। ਸਾਰਾ ਮੇਰਾ ਸੜ ਕੇ ਸੁਹਾਗ ਇਸੇ ਹੀ ਕਮਰਾ ਬਸ ਮੇਰਾ, ਇਹਦੇ 'ਚ ਹੀ ਮੇਰਾ ਸਾਰਾ ਕੁਛ, ਬਾਕੀ ਤੁਸੀਂ ਦੇਖ ਸਕਦੇ ਹੋ। ਕੀ ਅਪੀਲ ਹੈ ਪ੍ਰਸ਼ਾਸਨ ਨੂੰ ਜਾਂ ਕਿਸੇ ਹੋਰ ਸਮਾਜਿਕ ਸੰਸਥਾਵਾਂ ਨੂੰ, ਕੀ ਮੰਗ ਕਰਦੇ ਹੋ ਤੁਸੀਂ? ਇਹੀ ਮੰਗ ਹੈ ਕਿ ਮੇਰੀ ਹਾਲਾਤ ਦੇਖ ਕੇ ਮੇਰੀ ਮਦਦ ਜਲਦੀ ਤੋਂ ਜਲਦੀ ਕੀਤੀ ਜਾਏ, ਕਿਉਂਕਿ ਮੈਂ ਗਰੀਬ ਕੁਛ ਨਹੀਂ ਕਰ ਸਕਦੀ। ਮੈਨੂੰ ਤੁਹਾਡੇ ਤੋਂ ਉਮੀਦ ਹੈ ਕਿ ਤੁਸੀਂ ਮੇਰੀ ਮਦਦ ਕਰੋਗੇ। ਸਰਕਾਰ ਦੀ ਕਿਆ ਹੀ ਅਪੀਲ ਹੈ ਮੇਰੀ ਕਿ ਮੇਰੀ ਮਦਦ ਕੀਤੀ ਜਾਵੇ, ਜਲਦ ਤੋਂ ਜਲਦ ਮੇਰੀ ਅਪੀਲ ਕਬੂਲ ਕੀਤੀ ਜਾਵੇ। ਇਸ ਤੋਂ ਬਾਅਦ ਮੈਂ ਕੁਛ ਨਹੀਂ ਕਹਿ ਸਕਦੀ। ਇਹ ਤੁਸੀਂ ਸੁਣਿਆ, ਇਹ ਉਹ ਪਰਿਵਾਰਿਕ ਮੈਂਬਰ ਨੇ, ਉਹ ਪੀੜਿਤ ਪਰਿਵਾਰਿਕ ਮੈਂਬਰ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਰੱਬ ਵੀ ਕਹਿਰਵਾਨ ਹੋ ਗਿਆ ਏ, ਰਾਤ ਅਸਮਾਨੀ ਬਿਜਲੀ ਪਈ ਏ ਅਤੇ ਘਰ ਦੇ ਵਿੱਚ ਪਿਆ ਸਮਾਨ ਜੋ ਕਿ ਲੜਕੀ ਦੇ ਦਹੇਜ ਦੇ ਦੇਣ ਵਾਸਤੇ ਰੱਖਿਆ ਸੀਗਾ, ਸੜ ਕੇ ਸਵਾਹ ਹੋ ਗਿਆ ਏ। ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਮਾਜਿਕ ਸੰਸਥਾ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਏ ਕਿ ਉਹਨਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਕੈਮਰਾਮੈਨ ਕਵਲ ਜੀ ਦੇ ਨਾਲ ਸਤਨਾਮ ਸਿੰਘ ਪ੍ਰੀਤ, PTC ਨਿਊਜ਼, ਗੁਰਦਾਸਪੁਰ। ਮੇਰੇ